ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸੁਲਤਾਨਪੁਰ ਲੋਧੀ ਵਿਖੇ ਜੋ ਕਿ 550 ਸਾਲਾ ਸ਼ਤਾਬਦੀ ਸਮਾਗਮ ਮਨਾਏ ਜਾਣੇ ਹਨ ਉਹਦੇ ਸੰਬੰਧ ਵਿੱਚ ਅਸੀਂ ਜੋ ਇੱਕ ਮੁਹਿੰਮ ਜਿਹੜੇ ਸੁਲਤਾਨਪੁਰ ਦੇ ਵਿੱਚ ਠੇਕੇ ਆ ਸ਼ਰਾਬ ਦੇ ਉਹਨਾਂ ਨੂੰ ਬੰਦ ਕਰਵਾਉਣ ਵਾਸਤੇ ਮੁਹਿੰਮ ਵਿੱਢੀ ਹੋਈ ਹੈ ਉਹਦੇ ਵਿੱਚ ਕੁਛ ਕੁ ਜਿਹੜੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਸਾਹਮਣੇ ਇਹ ਜੋ ਤਿਆਰੀਆਂ ਚੱਲ ਰਹੀਆਂ ਨੇ 550 ਸਾਲਾ ਗੁਰੂ ਸਾਹਿਬ ਦੇ ਸ਼ਤਾਬਦੀ ਸਮਾਗਮ ਉਹਨਾਂ ਦੇ ਸੰਬੰਧ ਦੇ ਵਿੱਚ ਇਹ ਜੋ ਟੈਂਟ ਲੱਗ ਰਹੇ ਹਨ ਦੂਰ ਤੱਕ ਆਪਾਂ ਦੇਖ ਸਕਦੇ ਹਾਂ। ਇਹ ਸੁਲਤਾਨਪੁਰ ਲੋਧੀ ਸਾਹਮਣੇ ਸ਼ਹਿਰ ਹੈ ਅਤੇ ਇੱਥੋਂ ਤਕਰੀਬਨ ਇਹ ਲੋਹੀਆਂ ਵਾਲਾ ਰੋਡ ਆ ਇੱਥੋਂ 10 ਕਿੱਲੇ ਦੂਰ ਜਿਹੜਾ ਸਵਾਗਤੀ ਗੇਟ ਬਣੇ ਹਨ ਅਤੇ ਨਾਲ ਹੀ ਇੱਥੇ ਬਿਲਕੁਲ ਸੁਲਤਾਨਪੁਰ ਤੋਂ ਬਾਹਰ ਨਿਕਲਦਿਆਂ ਇਹ ਜਿਹੜਾ ਸ਼ਰਾਬ ਦਾ ਠੇਕਾ ਜੋ ਕਿ ਸਰਕਾਰ ਨੇ ਇੱਥੇ ਮਨਜ਼ੂਰ ਕੀਤਾ ਖੁੱਲ੍ਹਿਆ ਹੋਇਆ ਹੈ। ਸੋ ਅਸੀਂ ਦੇਖ ਸਕਦੇ ਹਾਂ ਕਿ ਸੰਗਤਾਂ ਨੇ ਦੂਰੋਂ ਦੂਰੋਂ ਨਗਰ ਕੀਰਤਨਾਂ ਦੇ ਰੂਪ ਵਿੱਚ ਇੱਥੇ ਸੁਲਤਾਨਪੁਰ ਲੋਧੀ ਵਿਖੇ ਪਹੁੰਚਣਾ ਹੈ ਪਰ ਸਰਕਾਰ ਨੇ ਜੋ ਸ਼ਰਾਬ ਦਾ ਠੇਕਾ ਇਹ ਇੱਕ ਨਹੀਂ ਹਰ ਰੋਡ 'ਤੇ ਜਦੋਂ ਸੁਲਤਾਨਪੁਰ ਨੂੰ ਐਂਟਰ ਹੋਣਾ ਉੱਥੇ ਖੁੱਲ੍ਹਿਆ। ਉਹ ਆਪਾਂ ਅੱਜ ਗੱਲ ਕਰਦੇ ਹਾਂ ਬਾਬਾ ਸਤਨਾਮ ਸਿੰਘ ਜੀ ਵੱਲੀਆਂ ਪੰਜਾਬ ਪ੍ਰਧਾਨ ਧਾਰਮਿਕ ਵਿੰਗ ਇੰਟਰਨੈਸ਼ਨਲ ਪੰਥਕ ਦਲ ਉਹਨਾਂ ਨਾਲ ਗੱਲ ਕਰਦੇ ਹਾਂ। ਹਾਂਜੀ ਬਾਬਾ ਜੀ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਬਾਬਾ ਜੀ ਇਹ ਜਿਹੜਾ ਠੇਕੇ ਆ ਸ਼ਰਾਬ ਦੇ ਇਹਨਾਂ ਬਾਰੇ ਕੀ ਤੁਸੀਂ ਕਹਿਣਾ ਚਾਹੋਗੇ ਸੰਗਤਾਂ ਨੂੰ? ਸਭ ਤੋਂ ਪਹਿਲਾਂ ਤਾਂ ਮੈਂ ਦੇਸ਼ ਵਿਦੇਸ਼ ਦੇ ਵਿੱਚ ਜੋ ਸੰਗਤਾਂ ਸਾਡੀ ਗੱਲ ਜਿੱਥੇ ਪਹੁੰਚ ਰਹੀ ਸੁਣਦੀਆਂ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਆ ਇਸ ਮਸਲੇ ਵੱਲ ਖਾਸ ਤੌਰ 'ਤੇ ਧਿਆਨ ਦੇਣਾ ਚਾਹੀਦਾ ਕਿਉਂਕਿ ਜੋ ਇੰਟਰਨੈਸ਼ਨਲ ਪੰਥਕ ਦਲ ਨੇ ਪਿਛਲੇ ਕੁਝ ਸਮੇਂ ਤੋਂ ਇੱਕ ਦਸਤਖਤ ਮੁਹਿੰਮ ਤੋਰੀ ਸੀ ਜਿਹਦੇ ਵਿੱਚ ਅਸੀਂ ਹਜ਼ਾਰਾਂ ਦੇ ਹਿਸਾਬ ਨਾਲ ਲੱਖਾਂ ਦੇ ਹਿਸਾਬ ਨਾਲ ਸੈਂਡ ਕਰਵਾਏ। ਸੰਗਤਾਂ ਨੇ ਬੜਾ ਸਹਿਯੋਗ ਦਿੱਤਾ ਅਤੇ ਮੈਨੂੰ ਹੈਰਾਨੀ ਹੁੰਦੀ ਇਸ ਗੱਲ 'ਤੇ ਕਿ ਜਿਹੜੇ ਸਾਡੇ ਪੰਜਾਬ ਦੀ ਸਰਕਾਰ ਆ ਕੈਪਟਨ ਅਮਰਿੰਦਰ ਸਿੰਘ ਜੀ ਉਹਨਾਂ ਨੇ ਇੱਕ ਐਲਾਨ ਕੀਤਾ ਸੀ ਕਿ ਸਰਕਾਰ ਵੱਲੋਂ ਸਰਕਾਰੀ ਤੌਰ 'ਤੇ ਸ਼ਤਾਬਦੀ ਜਿਹੜੀ ਆ ਇਹ ਮਨਾਉਣ ਦਾ ਐਲਾਨ ਕੀਤਾ ਹੈ। ਸੁਲਤਾਨਪੁਰ ਲੋਧੀ ਦੇ ਵਿੱਚ ਬੜੇ ਵੱਡੇ ਪੱਧਰ 'ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ 'ਤੇ 550 ਸਾਲਾ ਸ਼ਤਾਬਦੀ ਮਨਾਉਣ ਦਾ ਯਾ ਕੀਤਾ ਉਹਨਾਂ ਨੇ ਅਤੇ ਅਸੀਂ ਬੇਨਤੀ ਕਰਦੇ ਹਾਂ ਕਿ ਆਹ ਵੇਖੋ ਪੰਜਾਬ ਸਰਕਾਰ ਇਸ ਤਰ੍ਹਾਂ ਮਨਾ ਰਹੀ ਹੈ ਸ਼ਤਾਬਦੀ ਕਿਸ ਤਰ੍ਹਾਂ ਸਵਾਗਤੀ ਗੇਟ ਤੋਂ ਅੰਦਰ ਜਿੱਥੇ ਸੰਗਤਾਂ ਦੇ ਆਉਣ ਦਾ ਪ੍ਰਬੰਧ ਕੀਤਾ ਗਿਆ ਆ ਰਿਹਾਇਸ਼ੀ ਇਲਾਕਾ ਲੰਗਰ ਪਕਾਉਣ ਦਾ ਲੰਗਰ ਬਣ ਦਾ ਲੰਗਰ ਛਕਾਉਣ ਦਾ ਉਹਦੇ ਨਾਲ ਹੀ ਆ ਉਹ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਵਿਖਾਵਾਂ ਉਹ ਇਹ ਵੇਖੋ ਬਣਾਇਆ ਆ ਇਹ ਸ਼ਰਾਬ ਜਿਹੜੀ ਆ ਇੱਥੇ ਸਾਹਮਣੇ ਬਿਲਕੁਲ ਜਿੱਥੇ ਸੰਗਤਾਂ ਨੇ ਆਣ ਕੇ ਇੱਥੇ ਰਹਿਣਾ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਨਤਮਸਤਕ ਹੋਣਾ ਆ ਇਤਿਹਾਸਕ ਸਥਾਨ 'ਤੇ ਕਿਉਂਕਿ ਮੈਂ ਬੇਨਤੀ ਤਾਂ ਕਰਦਾ ਕਿ ਹਰ ਸ਼ਹਿਰ ਤੋਂ ਪੰਜਾਬ ਦੇ ਤੋਂ ਇੱਥੇ ਨਗਰ ਕੀਰਤਨ ਆਉਂਦੇ ਨੇ ਰੋਜ਼ਾਨਾ ਆਉਂਦੇ ਨੇ ਅਤੇ ਸਭ ਤੋਂ ਪਹਿਲਾਂ ਆਹ ਠੇਕਾ ਜਿਹੜਾ ਸ਼ਰਾਬ ਦਾ ਸਰਕਾਰ ਨੇ ਖੋਲ੍ਹਿਆ ਸਵਾਗਤ ਕਰਦਾ ਆ ਇਹ ਕਿੱਡੀ ਸ਼ਰਮ ਵਾਲੀ ਗੱਲ ਆ। ਸੋ ਅਸੀਂ ਸਮੇਂ ਸਮੇਂ 'ਤੇ ਪ੍ਰਸ਼ਾਸਨ ਨੂੰ ਮੈਮੋਰੈਂਡਮ ਦਿੱਤੇ ਮੰਗ ਪੱਤਰ ਦਿੱਤੇ ਪਰ ਅਜੇ ਤੱਕ
ਸਾਨੂੰ ਮਿੱਠੀਆਂ ਗੋਲੀਆਂ ਪ੍ਰਸ਼ਾਸਨ ਨੂੰ ਦਿੱਤੀਆਂ ਗਈਆਂ, ਅਜੇ ਤੱਕ ਕਿਸੇ ਨੇ ਉਪਰਾਲਾ ਨਹੀਂ ਕੀਤਾ। ਇਸ ਸੰਬੰਧ ਦੇ ਵਿੱਚ ਸਾਡੇ ਇੰਟਰਨੈਸ਼ਨਲ ਪੰਥਕ ਦਲ ਦੇ ਬਾਨੀ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਜੀ ਰੋਡੇ ਖਾਲਸਾ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਉਹਨਾਂ ਨੇ ਵੀ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਦੇ ਨਾਲ ਗੱਲਬਾਤ ਕੀਤੀ ਔਰ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ, ਪਰ ਅਜੇ ਤੱਕ ਕੋਈ ਵੀ ਇੱਥੋਂ ਦਾ ਪ੍ਰਸ਼ਾਸਨ ਨੇ ਹਿੰਮਤ ਨਹੀਂ ਕੀਤੀ ਕਿ ਇਹ ਜਿਹੜਾ ਠੇਕਾ ਇੱਥੋਂ ਚੁਕਾਇਆ ਜਾਵੇ। ਹੁਣ ਅਸੀਂ ਜਥੇਬੰਦੀ ਦੇ ਤੌਰ 'ਤੇ ਸਮੂਹ ਜਥੇਬੰਦੀਆਂ ਸਹਿਯੋਗ ਦੇ ਨਾਲ 13 ਤਰੀਕ ਨੂੰ ਇੱਕ ਵੱਡੀ ਮੀਟਿੰਗ ਗੁਰਦੁਆਰਾ ਹੱਟ ਸਾਹਿਬ ਵਿਖੇ ਕਰਨ ਜਾ ਰਹੇ ਹਾਂ, ਜਿਸ ਦੇ ਵਿੱਚ ਅਹਿਮ ਫੈਸਲਾ ਇਹ ਲਿਆ ਜਾਊਗਾ ਕਿ ਇਹ ਠੇਕੇ ਜਿਹੜੇ ਚਾਰ ਚੁਫੇਰੇ ਸ਼ਹਿਰ ਦੇ ਘੇਰੇ ਘੇਰੇ ਖੋਲ੍ਹੇ ਨੇ ਸੁਲਤਾਨਪੁਰ ਲੋਧੀ ਦੇ ਵਿਖੇ, ਇਹਨਾਂ ਨੂੰ ਕਿਸ ਤਰ੍ਹਾਂ ਅਸੀਂ ਚੁੱਕਣਾ, ਕਿਸ ਤਰ੍ਹਾਂ ਚੁਕਾਉਣਾ। ਜੇ ਪ੍ਰਸ਼ਾਸਨ 13 ਤਰੀਕ ਤੱਕ ਨਹੀਂ ਕੁਛ ਕਰਦਾ, ਨਹੀਂ ਜਾਂ ਕਰਦਾ, 13 ਤਰੀਕ ਦੀ ਮੀਟਿੰਗ ਤੋਂ ਬਾਅਦ 'ਚ ਅਸੀਂ ਫੈਸਲਾ ਲਵਾਂਗੇ ਕਿ ਸਮੂਹ ਜਥੇਬੰਦੀਆਂ ਦੀ ਸਿੱਖ ਜਥੇਬੰਦੀਆਂ ਸਹਿਯੋਗ ਦੇ ਨਾਲ ਇਹਨਾਂ ਠੇਕਿਆਂ 'ਤੇ ਅਸੀਂ ਆਪ ਆਣ ਕੇ ਭਾਵੇਂ ਸਾਨੂੰ ਕੁਝ ਬੋਤਲਾਂ ਭੰਨਣੀਆਂ ਪੈਣ, ਠੇਕੇ ਚੁੱਕਣੇ ਪੈਣ, ਸਾੜਨੇ ਪੈਣ, ਮੈਂ ਇਹ ਦਾਅਵਾ ਕਰਦਾ ਕਿ ਅਸੀਂ ਕਿਸੇ ਗੱਲ ਤੋਂ ਗੁਰੇਜ਼ ਨਹੀਂ ਕਰਾਂਗੇ। ਇਹ ਮੇਰੀ ਪ੍ਰਸ਼ਾਸਨ ਨੂੰ ਭਾਵੇਂ ਪ੍ਰਸ਼ਾਸਨ ਚੇਤਾਵਨੀ ਸਮਝ ਲਏ, ਇਹਨਾਂ ਸਾਰੀਆਂ ਗੱਲਾਂ ਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ, ਕਿਉਂਕਿ ਇੱਕ ਬੰਨੇ ਸਰਕਾਰ ਨਾਅਰੇ ਦੇ ਰਹੀ ਆ ਕਿ ਪ੍ਰਸ਼ਾਸਨ ਮਨਾਉਣ ਵਾਸਤੇ, ਪਰ ਅਸੀਂ ਇਹ ਗੱਲ ਕਰਦੇ ਹਾਂ ਕਿ ਛੇਤੀ ਤੋਂ ਛੇਤੀ ਇਹ ਠੇਕੇ ਜਿਹੜੇ ਚੁੱਕੇ ਜਾਣ। ਜੇ ਇਹ ਸਾਡੀਆਂ ਮੰਗ ਪੱਤਰ ਦਿੱਤੇ ਤੋਂ ਬਾਅਦ ਦੇ ਵਿੱਚ ਵੀ ਸਾਡੀਆਂ ਮੰਗਾਂ ਨਹੀਂ ਮੰਨਦੇ, ਠੇਕੇ ਨਹੀਂ ਚੁੱਕੇ ਜਾਂਦੇ, ਫਿਰ ਅਸੀਂ ਸਿੱਖ ਸਮੂਹ ਸਿੱਖ ਜਥੇਬੰਦੀਆਂ ਆਪਣੇ ਤੌਰ 'ਤੇ ਠੇਕੇ ਚੁੱਕਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਟਰਨੈਸ਼ਨਲ ਪੰਥਕ ਦਲ ਜਥੇਬੰਦੀ ਵੱਲੋਂ ਜੋ ਸੁਲਤਾਨਪੁਰ ਲੋਧੀ ਸ਼ਹਿਰ ਵਿੱਚੋਂ ਠੇਕਿਆਂ ਨੂੰ ਬੰਦ ਕਰਾਉਣ ਲਈ ਇੱਕ ਮੁਹਿੰਮ ਵਿੱਢੀ ਹੋਈ ਹੈ, ਉਸ ਦੇ ਸੰਬੰਧ ਵਿੱਚ ਪਿਛਲੇ ਦਿਨੀ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਵੀ SDM ਸਾਹਿਬ ਨੂੰ ਦਿੱਤਾ ਗਿਆ ਸੀ, DC ਸਾਹਿਬ ਨਾਲ ਵੀ ਗੱਲ ਹੋਈ ਹੈ, ਪਰ ਹਜੇ ਤੱਕ ਕੋਈ ਵੀ ਜਿਹੜੀ ਠੇਕਿਆਂ ਨੂੰ ਬੰਦ ਕਰਾਉਣ ਸੰਬੰਧੀ ਕੋਈ ਗੱਲਬਾਤ ਨਹੀਂ ਹੋ ਰਹੀ। ਸੋ ਜਥੇਬੰਦੀ ਵੱਲੋਂ ਜਿਹੜਾ 13 ਤਰੀਕ ਦਾ ਪ੍ਰੋਗਰਾਮ ਅਲੀਕਿਆ ਹੋਇਆ ਹੈ, 13 ਤਰੀਕ ਨੂੰ ਸਿੱਖ ਸੰਗਤਾਂ ਦੇ ਸਹਿਯੋਗ ਨਾਲ, ਸਮੂਹ ਜਥੇਬੰਦੀਆਂ ਦੇ ਸਹਿਯੋਗ ਨਾਲ ਇਹ ਸ਼ਰਾਬ ਦੇ ਠੇਕੇ ਜਿਹੜੇ ਸੁਲਤਾਨਪੁਰ ਦੇ ਵਿੱਚ ਹਨ ਉਹਨਾਂ ਨੂੰ ਬੰਦ ਕਰਵਾਇਆ ਜਾਏਗਾ। ਸੋ ਸੁਲਤਾਨਪੁਰ ਸ਼ਹਿਰ ਦੇ ਵਿੱਚ ਇਹ ਇੱਕ ਠੇਕਾ ਨਹੀਂ, ਲੋਹੀਆਂ ਵਾਲੇ ਰੋਡ 'ਤੇ ਨਹੀਂ, ਅੱਜ ਅਸੀਂ ਦੇਖਿਆ ਕਿ ਸੁਲਤਾਨਪੁਰ ਦੇ ਵਿੱਚ ਜਿੰਨੇ ਵੀ ਰੋਡ ਆ ਰਹੇ ਹਨ, ਜਿੰਨੇ ਸਵਾਗਤੀ ਗੇਟ ਬਣੇ ਹਨ, ਉਹਨਾਂ ਦੇ ਅੰਦਰ ਠੇਕੇ ਬਣੇ ਹੋਏ ਹਨ। ਇਹ ਸਾਰੇ ਹੀ ਠੇਕੇ ਬੰਦ ਕਰਵਾਉਣ ਲਈ ਆਓ ਆਪਾਂ ਸਾਰੇ 13 ਤਰੀਕ ਨੂੰ ਸਵੇਰੇ 10 ਵਜੇ ਗੁਰਦੁਆਰਾ ਸ੍ਰੀ ਹੱਟ ਸਾਹਿਬ ਵਿਖੇ ਪਹੁੰਚੀਏ। ਅੱਜ ਜੋ ਕਿ 11 ਤਰੀਕ ਹੈ ਅਤੇ ਪ੍ਰਸ਼ਾਸਨ ਨਾਲ ਆਪਾਂ ਜਿਹੜੀ ਗੱਲ 13 ਤਰੀਕ ਤੱਕ ਸੀਗੀ ਕਿ 12 ਤਰੀਕ ਤੱਕ ਹੈ ਕਿ ਬੰਦ ਕਰਵਾਉਣ, ਨਹੀਂ ਤਾਂ 13 ਤਰੀਕ ਨੂੰ ਜਥੇਬੰਦੀ ਸਮੂਹ ਸੰਗਤਾਂ ਆਪਣੇ ਲੈਵਲ 'ਤੇ ਬੰਦ ਕਰਵਾਉਣਗੀਆਂ। ਸੋ ਬਹੁਤ ਸਾਰੇ ਵੀਰਾਂ ਦੇ ਫੋਨ ਆ ਰਹੇ ਸੁਲਤਾਨਪੁਰ ਲੋਧੀ ਦੇ ਵਿੱਚੋਂ ਅਤੇ ਹੋਰ ਆਸ ਪਾਸ ਦੀਆਂ ਸੰਗਤਾਂ ਵੱਲੋਂ, ਮੈਂ ਸਾਰਿਆਂ ਨੂੰ ਹੀ ਬੇਨਤੀ ਕਰਦਾ ਕਿ ਆਓ ਆਪਾਂ ਸਾਰੇ ਸਵੇਰੇ 10 ਵਜੇ ਗੁਰਦੁਆਰਾ ਸ੍ਰੀ ਹੱਟ ਸਾਹਿਬ ਵਿਖੇ ਪਹੁੰਚੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ
ਗੱਲ ਕਰਦੇ ਹਾਂ ਭਾਈ ਕਿਰਪਾ ਸਿੰਘ ਜੀ ਨੱਥੋਵਾਲਾ, ਪੈਨਲ ਮੈਂਬਰ ਆਲ ਇੰਡੀਆ ਇੰਟਰਨੈਸ਼ਨਲ ਪੰਥਕ ਦਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਇਹ ਜਿਹੜੇ ਭਾਈ ਸਾਹਿਬ ਸ਼ਰਾਬ ਦੇ ਠੇਕੇ ਸੁਲਤਾਨਪੁਰ ਲੋਧੀ ਜਿਨ੍ਹਾਂ ਦੀ ਤੁਸੀਂ ਮੁਹਿੰਮ ਵਿੱਢੀ ਆ ਬੰਦ ਕਰਵਾਉਣ ਸੰਬੰਧੀ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਜੀ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਵੱਲੋਂ ਜੀ ਪ੍ਰਸ਼ਾਸਨ ਨੂੰ ਕਈ ਵਾਰ ਸੂਚਿਤ ਕੀਤਾ ਗਿਆ ਹੈ ਇਸ ਸੰਬੰਧ ਦੇ ਵਿੱਚ ਕਿ ਭਾਈ ਸ਼ਤਾਬਦੀ ਆ ਰਹੀ 550 ਸਾਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ, ਔਰ ਉੱਥੇ ਦੇਸ਼ਾਂ ਵਿਦੇਸ਼ਾਂ ਸੰਗਤਾਂ ਪਹੁੰਚ ਰਹੀਆਂ ਨੇ, ਔਰ ਡੇਲੀ ਦੇ ਨਗਰ ਕੀਰਤਨ ਸਾਹਿਬਾਨ ਉੱਥੇ ਪਹੁੰਚ ਰਿਹਾ, ਔਰ ਜਿਹੜੀ ਮੇਨ ਰੋਡ ਦੇ ਉੱਤੇ ਪ੍ਰਸ਼ਾਸਨ ਵੱਲੋਂ ਠੇਕਾ ਖੋਲਿਆ ਗਿਆ, ਔਰ ਸਾਹਮਣੇ ਉਹਦੇ ਲੰਗਰ ਹਾਲ ਸਿੱਖ ਯਾਤਰੀਆਂ ਦੇ ਰਹਿਣ ਲਈ ਸੁਵਿਧਾ ਦਿੱਤੀ ਗਈ, ਔਰ ਬਿਲਕੁਲ ਉਸ ਦੇ ਓਪੋਜਿਟ ਹੀ ਇੱਕ ਸ਼ਰਾਬ ਦਾ ਵੱਡਾ ਸਾਰਾ ਠੇਕਾ ਸ਼ੋਰੂਮ ਦੇ ਵਰਗਾ ਖੋਲ ਦਿੱਤਾ ਹੈ। ਔਰ ਅਸੀਂ ਕਾਫੀ ਵਾਰ ਪ੍ਰਸ਼ਾਸਨ ਨੂੰ ਮਿਲ ਕੇ ਬੇਨਤੀ ਕਰ ਚੁੱਕੇ ਹਾਂ ਵੀ ਭਾਈ ਠੇਕਾ ਬੰਦ ਕਰੋ, ਔਰ ਇਹ ਠੇਕਾ ਬਿਲਕੁਲ ਉਹਨਾਂ ਦੇ ਕੰਨ ਤੇ ਜੂ ਨਹੀਂ ਸਰਕ ਰਹੀ, ਔਰ ਇਹ ਸਾਡੀ ਜਥੇਬੰਦੀ ਵੱਲੋਂ ਇੱਕ ਇਹਨਾਂ ਨੂੰ ਆਖਰੀ ਮੌਕਾ ਦਿੱਤਾ ਜਾਂਦਾ 13 ਤਰੀਕ ਤੱਕ। ਅਸੀਂ 13 ਤਰੀਕ ਨੂੰ ਗੁਰਦੁਆਰਾ ਸ੍ਰੀ ਹੱਟ ਸਾਹਿਬ ਵਿਖੇ ਸੰਗਤਾਂ ਦਾ ਭਾਰੀ ਇਕੱਠ ਲੈ ਕੇ ਇਕੱਠੇ ਹੋ ਰਹੇ ਹਾਂ, ਔਰ ਉਹ 13 ਤਰੀਕ ਨੂੰ ਜੇ ਠੇਕਾ ਨਾ ਬੰਦ ਆ ਤੇ ਫਿਰ ਅਸੀਂ ਜਥੇਬੰਦੀਆਂ ਸਿੱਖ ਸੰਗਤਾਂ ਔਰ ਵਿਸ਼ੇਸ਼ ਤੌਰ ਤੇ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਇਹ ਠੇਕਾ ਆਪਣੇ ਤੌਰ ਤੇ ਬੰਦ ਕਰਵਾਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਗੱਲ ਕਰਦੇ ਹਾਂ ਭਾਈ ਗੁਰਨਾਮ ਸਿੰਘ ਜੀ ਮਹਾਲਮ, ਜਨਰਲ ਸਕੱਤਰ ਇੰਟਰਨੈਸ਼ਨਲ ਪੰਥਕ ਦਲ, ਕਿ ਜਿਹੜੇ ਸ਼ਰਾਬ ਦੇ ਠੇਕੇ ਸੁਲਤਾਨਪੁਰ ਲੋਧੀ ਸ਼ਹਿਰ ਵਿੱਚੋਂ ਬੰਦ ਕਰਾਉਣ ਸੰਬੰਧੀ ਉਹਨਾਂ ਦੇ ਕੀ ਵਿਚਾਰ ਹਨ, ਆਓ ਜਾਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸੋ ਜਿਹੜੀ ਗੱਲ ਆਪਾਂ ਠੇਕਿਆਂ ਦੀ ਕਰ ਰਹੇ ਹਾਂ ਸੁਲਤਾਨਪੁਰ ਦੇ ਵਿੱਚੋਂ ਬੰਦ ਕਰਾਉਣ ਵਾਸਤੇ, ਸਭ ਤੋਂ ਪਹਿਲਾਂ ਤਾਂ ਇਹ ਅਹਿਮ ਗੱਲ ਹੈ ਕਿ ਸਰਕਾਰ ਕਹਿੰਦੀ ਹੈ ਕਿ ਅਸੀਂ ਇਹ ਸ਼ਤਾਬਦੀ ਆਪਦੇ ਲੈਵਲ ਤੇ ਸ਼੍ਰੋਮਣੀ SGPC ਨਾਲ ਰਲ ਕੇ ਮਨਾਵਾਂਗੇ, ਪਰ ਉਹਨਾਂ ਨੇ ਰਲ ਕੇ ਕੀ ਮਨਾਉਣੇ ਆ? ਪਵਿੱਤਰ ਸ਼ਹਿਰ ਨੂੰ ਦਰਜਾ ਦਿੱਤਾ ਹੋਇਆ, ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਹੋਇਆ, ਤੇ ਜਿੱਥੇ ਹਰ ਗੇਟ ਦੇ ਅੱਗੇ ਹਰ ਚਾਰੇ ਪਾਸੇ ਹੀ ਜਿਹੜੇ ਰੋਡ ਆਉਂਦੇ ਨੇ ਉਹਨਾਂ ਦੇ ਉੱਤੇ ਠੇਕੇ ਖੋਲ ਛੱਡੇ ਨੇ। ਇੱਕ ਪਾਸੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਅਸੀਂ ਦੇ ਰਹੇ ਹਾਂ, ਤੇ ਦੂਸਰੇ ਪਾਸੇ ਉਸੇ ਸ਼ਹਿਰ ਦੇ ਵਿੱਚ ਹੀ ਅਸੀਂ ਬਾਹਰਲੇ ਪਾਸੇ ਸੜਕਾਂ ਦੇ ਉੱਤੇ ਠੇਕੇ ਖੋਲੇ ਨੇ, ਨਾਲ ਹੀ ਲੰਗਰ ਦੀਆਂ ਤਿਆਰੀਆਂ ਚੱਲ ਰਹੀਆਂ ਨੇ, ਤੇ ਜਿੱਥੇ ਆਣ ਕੇ ਸੰਗਤਾਂ ਨੇ ਰਹਿਣਾ, ਵਿਸਰਾਮ ਕਰਨਾ, ਤੇ ਨਗਰ ਕੀਰਤਨ ਵੀ ਉੱਥੋਂ ਦੇ ਰੋਜ਼ ਦੀ ਚੱਲ ਰਹੇ ਨੇ। ਇਸ ਸੰਬੰਧ ਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ SDM ਨੂੰ ਉੱਥੋਂ ਮੰਗ ਪੱਤਰ ਵੀ ਦਿੱਤਾ ਹੋਇਆ ਇਸ ਠੇਕਿਆਂ ਨੂੰ ਬੰਦ ਕਰਨ ਵਾਸਤੇ, ਤੇ ਹੁਣ ਅਸੀਂ 13 ਤਰੀਕ ਦੀ ਮੀਟਿੰਗ ਰੱਖੀ ਹੈ, ਤੇ ਜੇਕਰ ਇਹ 13 ਤਰੀਕ ਤੱਕ ਉਸ ਤੋਂ ਪਹਿਲਾਂ ਇਹ ਬੰਦ ਨਹੀਂ ਕਰਦੇ ਠੇਕੇ, ਤਾਂ ਫਿਰ ਸਮੂਹ ਜਥੇਬੰਦੀਆਂ, ਸਮੂਹ ਸੰਗਤ, ਗੁਰੂ ਨਾਨਕ ਨਾਮ ਲੇਵਾ ਤੇ ਇੰਟਰਨੈਸ਼ਨਲ ਪੰਥਕ ਦਲ ਆਪਣੇ ਲੈਵਲ ਤੇ ਉਸ ਦਿਨ 13 ਤਰੀਕ ਨੂੰ ਬੰਦ ਕਰਵਾਵੇਗਾ, ਤੇ 13 ਤਰੀਕ ਨੂੰ ਐਕਸ਼ਨ ਲਵੇਗਾ ਇਸ ਠੇਕੇ ਤੇ। ਜੇ ਪ੍ਰਸ਼ਾਸਨ ਇਹਨੂੰ ਬੰਦ 13 ਤਰੀਕ ਤੱਕ ਨਹੀਂ ਕਰਦਾ ਤੇ ਅਸੀਂ ਉਸ ਦਿਨ ਪੂਰਾ ਐਕਸ਼ਨ ਲਵਾਂਗੇ, ਉਨਾ ਚਿਰ ਅਸੀਂ ਹਿੱਲਾਂਗੇ ਨਹੀਂ ਜਿੰਨਾ ਚਿਰ ਠੇਕੇ ਬੰਦ ਨਹੀਂ ਹੁੰਦੇ, ਭਾਵੇਂ ਸਾਨੂੰ ਉੱਥੇ ਬਹਿਣਾ ਪਵੇ, ਠੇਕੇ ਤੋੜਨੇ ਪੈਣ, ਬੋਤਲਾਂ ਤੋੜਨੇ ਪੈਣ, ਕੁਝ ਵੀ ਕਰਨਾ ਹੋਵੇ। ਜੇਕਰ ਉਹ ਠੇਕੇ ਬੰਦ ਕਰਾਉਣ ਜਾਣ ਦੇ ਵਿੱਚ ਕੋਈ ਨੁਕਸਾਨ ਹੁੰਦਾ ਤੇ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ। ਸੋ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਕਰਦੇ ਹਾਂ ਕਿ 13 ਤਰੀਕ ਨੂੰ ਹੁੰਮ ਹੁੰਮਾ ਕੇ ਹੱਟ ਸਾਹਿਬ ਗੁਰਦੁਆਰੇ 10 ਵਜੇ ਪਹੁੰਚੋ ਤੇ ਜੋ ਇਸ ਸ਼ਹਿਰ ਦੇ ਵਿੱਚੋਂ ਆਪਾਂ ਠੇਕਿਆਂ ਨੂੰ ਬੰਦ ਕਰਵਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।